ਟ੍ਰੈਂਡ ਘੱਟ ਰਿਹਾ ਹੈਗਾ, ਬਟ ਔਨ ਅਦਰ ਸਾਈਡ ਜਿਹੜਾ ਕਮਰਸ਼ੀਅਲ ਡੇਅਰੀ ਫਾਰਮਿੰਗ ਹੈਗੀ ਹੈ ਉਹ ਵੱਡੇ ਪੱਧਰ 'ਤੇ ਆ ਰਹੀ ਹੈਗੀ ਹੈ, ਪ੍ਰੋਫੈਸ਼ਨਲ ਲੈਵਲ 'ਤੇ ਆ ਰਹੀ ਹੈਗੀ ਹੈ, ਅਤੇ ਸਾਡੇ ਜਿਹੜੇ ਨੌਜਵਾਨ ਕਿਸਾਨ ਵੀਰ ਹੈਗੇ ਨੇ ਉਹ ਇਹ ਜਿਹੜਾ ਕਮਰ ਡੇਅਰੀ ਨੂੰ ਐਜ਼ ਅ ਇੱਕ ਧੰਦੇ ਦੇ ਤੌਰ 'ਤੇ ਅਪਣਾ ਰਹੇ ਹੈਗੇ ਨੇ ਜੀ। ਅਤੇ ਦੁੱਧ ਦੀ ਜਿਹੜੀ ਤੁਸੀਂ ਸਾਡੇ ਤੋਂ ਪੁੱਛਿਆ ਹੈਗਾ ਵੀ ਸੀਜ਼ਨਲ ਵੇਰੀਏਸ਼ਨ ਹੁੰਦੀ ਹੈ, ਜਿਹੜੇ ਗਰਮੀ ਦੇ ਮਹੀਨੇ ਹੁੰਦੇ ਆ ਆਪਾਂ ਨੂੰ ਪਤਾ ਵੀ ਇਸ ਵੇਲੇ ਜਿਹੜੇ ਪਸ਼ੂ ਜਿਹੜੇ ਹੈਗੇ ਆ ਸਾਰੇ ਦੁੱਧ ਸੁਕਾ ਜਾਂਦੇ ਹੈਗੇ, ਇਸ ਕਰਕੇ ਗਰਮੀ ਦੇ ਮਹੀਨਿਆਂ ਦੇ ਵਿੱਚ ਜੂਨ ਜੁਲਾਈ ਅਗਸਤ ਦੁੱਧ ਦੀ ਕਾਫੀ ਕਿੱਲਤ ਹੁੰਦੀ ਹੈਗੀ। ਅਤੇ ਬਟ ਟੱਚਵੁੱਡ ਹੈ ਇਸ ਸਾਲ ਅਸੀਂ ਸਾਡੀ ਜਿਹੜੀ ਹੈਗੀ ਹੈ ਮਤਲਬ ਕਾਫੀ ਪ੍ਰੋਕਿਓਰਮੈਂਟ ਹੈ ਮਿਲਕ ਦੀ ਅੱਛੀ ਚੱਲ ਰਹੀ ਆ, ਅਸੀਂ ਯਾਨੀ ਕਿ ਲਗਭਗ 19 ਲੱਖ ਲੀਟਰ ਜਿਹੜਾ ਹੈਗਾ ਸਾਡੇ ਕੋਲ ਦੁੱਧ ਆ ਰਿਹਾ ਹੈਗਾ। ਸਰਦੀਆਂ ਦੇ ਵਿੱਚ ਸਾਡੇ ਕੋਲ ਜਿਹੜਾ ਹੈਗਾ ਦੁੱਧ ਕਾਫੀ ਮਾਤਰਾ ਦੇ ਵਿੱਚ ਵੱਧ ਜਾਂਦਾ ਹੈਗਾ, ਫਲੱਸ਼ ਸੀਜ਼ਨ ਕਹਿੰਦੇ ਅਸੀਂ ਉਹਨੂੰ, ਉਸ ਵੇਲੇ ਅਸੀਂ ਪੀਕ ਡੇਜ਼ ਦੇ ਵਿੱਚ ਅਸੀਂ ਲਗਭਗ 30 ਲੱਖ ਲੀਟਰ ਵੀ ਦੁੱਧ ਪ੍ਰੋਕਿਓਰ ਕੀਤਾ ਹੈਗਾ। ਅਤੇ ਜਿਹੜਾ ਫਿਰ ਉਸ ਵੇਲੇ ਸਾਡੀ ਜਿਹੜੀ ਡੇਲੀ ਜਿਹੜੀ ਹੈਗੀ ਆ ਥਰੂਪੁੱਟ ਹੈਗੀ ਆ ਮਿਲਕ ਦੀ ਉਹ 20 ਲੱਖ ਲੀਟਰ ਜਿਹੜੀ ਹੈਗੀ ਆ ਉਹ ਅਸੀਂ ਫਰੈਸ਼ ਮਿਲਕ ਕਹਿ ਲਓ ਜਾਂ ਦਹੀਂ ਲੱਸੀ ਹੋਰ ਪ੍ਰੋਡਕਟਸ ਜਿਹੜੇ ਹੈਗੇ ਆ ਉਹਨਾਂ ਸਾਰਿਆਂ ਨੂੰ ਮਿਲਾ ਕੇ 20 ਲੱਖ ਲੀਟਰ ਦੁੱਧ ਦੀ ਜਿਹੜੀ ਹੈਗੀ ਆ ਸਾਡੀ ਡੇਲੀ ਹੈਗੀ ਆ ਮਤਲਬ ਮਾਰਕੀਟਿੰਗ ਹੋ ਜਾਂਦੀ ਹੈਗੀ। ਅਤੇ ਉਸ ਵੇਲੇ ਫਿਰ ਜਿਹੜਾ ਸਰਪਲਸ ਮਿਲਕ ਹੁੰਦਾ ਹੈਗਾ ਉਹਦੇ ਵਿੱਚੋਂ ਅਸੀਂ ਵਾਈਟ ਬਟਰ ਅਤੇ ਜਿਹੜੀ ਹੈਗੀ ਆ SMP ਸਕਿਮਡ ਮਿਲਕ ਪਾਊਡਰ ਇਹ ਕਮੋਡਿਟੀ ਤਿਆਰ ਕਰਦੇ ਹੈਗੇ ਹਾਂ, ਅਤੇ ਫਿਰ ਇਹ ਜਿਹੜੀ ਹੈਗੀ ਆ ਕਮੋਡਿਟੀ ਮਾਰਕੀਟ ਦੇ ਵਿੱਚ ਜਦੋਂ ਮਾਰਕੀਟ ਦੇ ਵਿੱਚ ਡਿਮਾਂਡ ਹੁੰਦੀ ਹੈ ਉਹਦੇ ਮੁਤਾਬਕ ਸੇਲ ਹੁੰਦੀ ਰਹਿੰਦੀ ਹੈ ਜੀ। ਸਰ ਕਿਸਾਨਾਂ ਨੇ ਚੁੱਕੇ ਬਹੁਤ ਸਾਰਾ ਕੈਟਲ ਜਿਹੜੀਆਂ ਉਹ ਰੱਖੀਆਂ ਹੁੰਦੀਆਂ, ਸੋ ਉਹਦੇ ਵਾਸਤੇ ਉਹਨਾਂ ਨੂੰ ਜਾਗਰੂਕਤਾ ਕਰਨੀ, ਉਹਨਾਂ ਦੀ ਸਾਂਭ ਸੰਭਾਲ, ਉਹਨਾਂ ਦੀ ਖੁਰਾਕ ਬਾਰੇ ਵੇਰਕਾ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਗਾਈਡ ਕਰਦਾ? ਸੰਜੀਵ ਜੀ, ਕਿਸਾਨਾਂ ਦੇ ਨਾਲ ਜਿਹੜਾ ਹੈਗਾ ਸਾਡਾ ਅਸੀਂ ਆਪਣਾ ਉਹਨਾਂ ਨੂੰ ਗਾਈਡ ਕਰਨ ਦੇ ਲਈ ਸਾਡੇ ਕੋਲ ਸਾਰੇ ਪਲਾਂਟਾਂ 'ਤੇ ਡਾਕਟਰ ਵੀ ਹੈਗੇ ਹੈ, ਮੋਹਾਲੀ ਪਲਾਂਟ, ਲੁਧਿਆਣਾ, ਹੋਰ ਸਾਰੇ ਕਿਤੇ ਸਾਡੇ ਕੋਲ ਵੈਟਨਰੀ ਡਾਕਟਰਸ ਹੈਗੇ ਹੈ ਜਿਹੜੇ ਰੈਗੂਲਰਲੀ ਫੀਲਡ ਦੇ ਵਿੱਚ ਕੈਂਪਸ ਲਗਾਉਂਦੇ ਹੈ, ਫਾਰਮਰਸ ਨੂੰ ਉਹਨਾਂ ਦੇ ਫਾਰਮ 'ਤੇ ਜਾ ਕੇ ਗਾਈਡ ਕਰਦੇ ਹੈ ਨਿਊਟ੍ਰੀਸ਼ਨ ਬਾਰੇ, ਐਨੀਮਲ ਦੀ ਬਰੀਡਿੰਗ ਬਾਰੇ, ਅਤੇ ਉਹਨਾਂ ਦੀ ਹੈਲਥ ਬਾਰੇ ਸਾਰਾ ਕੁਝ ਗਾਈਡ ਕੀਤਾ ਜਾਂਦਾ, ਵੈਕਸੀਨੇਸ਼ਨ ਬਾਰੇ। ਅਤੇ ਇਸ ਤੋਂ ਇਲਾਵਾ ਅਸੀਂ ਹੁਣ ਕੁਛ ਨਵੇਂ ਇਨੀਸ਼ੀਏਟਿਵ ਵੀ ਲੈਣ ਲੱਗੇ ਹਾਂ ਇਹਦੇ ਬਾਰੇ, ਜਿਹੜਾ ਐਨੀਮਲ ਹੈਲਥ ਦੇ ਬਾਰੇ, ਮਤਲਬ ਅਸੀਂ ਜਿਹੜਾ